ਕਿਸਾਨ ਵੀਰੋ ਤੁਹਾਡਾ ਇਸ ਯੂਟਿਊਬ ਚੈਨਲ ਉੱਤਮ ਖੇਤੀ ਵਿੱਚ ਸਾਰਿਆਂ ਦਾ ਸਵਾਗਤ ਕਰਦੇ ਹਾਂ। ਮੈਂ ਹਰਪਿੰਦਰ ਸਿੰਘ ਖੇਤੀਬਾੜੀ ਅਫਸਰ ਗੁਰਦਾਸਪੁਰ ਵਿਖੇ ਤੈਨਾਤ ਹਾਂ। ਸੋ ਅੱਜ ਅਸੀਂ ਖੇਤੀਬਾੜੀ ਮਸ਼ੀਨਰੀ ਦੀ ਜੋ ਪੰਜਾਬ ਸਰਕਾਰ ਵੱਲੋਂ ਐਡ ਦਿੱਤੀ ਗਈ ਉਹਦੇ ਬਾਰੇ ਵਿਚਾਰ ਵਟਾਂਦਰਾ ਕਰਾਂਗੇ। ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਖੇਤੀ ਖਰਚੇ ਬਹੁਤ ਵੱਧ ਰਹੇ ਹਨ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਵਾਸਤੇ ਖੇਤੀਬਾੜੀ ਮਸ਼ੀਨਰੀ ਦੀ ਕੀ ਮਦਦ ਲਈ ਜਾ ਸਕਦੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨਾਂ ਕੁਝ ਦਿਨ ਪਹਿਲਾਂ ਹੀ ਇੱਕ ਇਸ਼ਤਿਹਾਰ ਦਿੱਤਾ ਗਿਆ ਜਿਸ ਵਿੱਚ ਕਿਸਾਨ ਖੇਤੀ ਮਸ਼ੀਨਰੀ ਸਬਸਿਡੀ 'ਤੇ ਲੈ ਸਕਦੇ ਹਨ ਅਤੇ ਇਸ ਬਾਰੇ ਜਾਣਕਾਰੀ ਦੇਣ ਵਾਸਤੇ ਮੇਰੇ ਨਾਲ ਡਾਕਟਰ ਅਮਰੀਕ ਸਿੰਘ ਜੀ ਜ਼ਿਲ੍ਹਾ ਸਿਖਲਾਈ ਅਫਸਰ ਗੁਰਦਾਸਪੁਰ ਉਹਨਾਂ ਨਾਲ ਅਸੀਂ ਇਸ ਸੰਬੰਧੀ ਭਰਪੂਰ ਜਾਣਕਾਰੀ ਲਵਾਂਗੇ। ਅਤੇ ਸੋ ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਕਿ ਆਪਣੀ ਖੇਤੀ ਵਿੱਚ ਕਾਫੀ ਖਰਚੇ ਕਿਸਾਨ ਵੀਰਾਂ ਵੱਲੋਂ ਕੀਤੇ ਜਾਂਦੇ ਹਨ, ਜੇ ਸਾਡੇ ਕਿਸਾਨ ਇਸ ਸਕੀਮ ਦਾ ਲਾਭ ਲੈਣ ਵਾਸਤੇ ਅਰਜ਼ੀਆਂ ਕਿਵੇਂ ਅਪਲਾਈ ਕਰ ਸਕਦੇ ਹਾਂ ਤਾਂ ਉਹਨਾਂ ਦੀ ਕਿਹੜੀ ਲਾਸਟ ਮਿਤੀ ਹੈ? ਡਾਕਟਰ ਸਾਹਿਬ, ਤੁਸੀਂ ਇਸ ਬਾਰੇ ਸਾਡੇ ਕਿਸਾਨ ਵੀਰਾਂ ਨੂੰ ਥੋੜ੍ਹਾ ਜਾਣਕਾਰੀ ਦਿਓ ਜੀ। ਸੋ ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ। ਕਿਸਾਨ ਵੀਰੋ, ਜਿਵੇਂ ਕਿ ਖੇਤੀ ਦੇ ਵਿੱਚ ਦਿਨੋਂ ਦਿਨ ਜਿਹੜੀ ਸਾਡੀ ਮਜ਼ਦੂਰਾਂ ਦੀ ਕਮੀ ਜਿਹੜੀ ਆ ਉਹ ਆ ਰਹੀ ਹੈ, ਕਿਉਂਕਿ ਮਨਰੇਗਾ ਤਹਿਤ ਵੀ ਜਾਂ ਹੋਰ ਸਕੀਮਾਂ ਤਹਿਤ ਲੋਕਾਂ ਜਿਹੜੇ ਆਮ ਮਾਰਮ ਜਿਹੜੇ ਲੇਬਰ ਆ ਉਹ ਕੰਮ ਕਾਰ ਕਰ ਰਹੇ ਨੇ, ਜਾਂ ਜਿਹੜੀ ਮਾਈਗਰੇਸ਼ਨ ਜਿਹੜੀ ਤੇ ਪ੍ਰਵਾਸੀ ਮਜ਼ਦੂਰ ਨੇ ਉਹ ਵੀ ਇਸ ਵਾਰ ਥੋੜ੍ਹਾ ਜਿਹਾ ਘੱਟ ਲੱਗਦਾ ਵੀ ਆਏ ਨੇ, ਅਤੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਵਾ ਉਹ ਹੋਰ ਜਿਹੜੇ ਖੇਤੀ ਰੁਝੇਵੇਂ ਹੁੰਦੇ ਉਹਨਾਂ ਵਿੱਚ ਚਾਹੇ ਉਹ ਗੋਡੀ ਕਰਨੀ ਹੈ, ਚਾਹੇ ਉਹ ਖਾਦ ਪਾਉਣੀ ਆ, ਚਾਹੇ ਉਹ ਆਪਾਂ ਅਗਵਾਈ ਕਰਨੀ ਆ, ਉਹਦੇ ਵਿੱਚ ਜਿਹੜੀ ਆ ਮਜ਼ਦੂਰਾਂ ਦੀ ਕਮੀ ਜਿਹੜੀ ਆ ਇਹ ਬਿਲਕੁਲ ਜਿਹੜੀ ਆ ਉਹ ਆ ਰਹੀ ਆ। ਸੋ ਇਸ ਸਮੱਸਿਆ ਨੂੰ ਦੂਰ ਕਰਨ ਲਈ ਪੰਜਾਬ ਸਰਕਾਰ ਵੱਲੋਂ ਖੇਤੀ ਮਸ਼ੀਨਰੀ ਨੂੰ ਉਤਸ਼ਾਹਿਤ ਕਰਨ ਲਈ ਫੈਸਲਾ ਕੀਤਾ ਗਿਆ ਕਿ ਕਿਸਾਨਾਂ ਨੂੰ ਸਬਸਿਡੀ ਦੇ ਉੱਤੇ ਜਿਹੜੀ ਆ ਖੇਤੀ ਮਸ਼ੀਨਰੀ ਜਿਹੜੀ ਆ ਮੁਹੱਈਆ ਕਰਵਾਈ ਜਾਵੇ। ਇਸ ਸੰਬੰਧੀ ਦੋ ਤਿੰਨ ਦਿਨ ਪਹਿਲਾਂ ਹੀ ਜਿਹੜਾ ਇੱਕ ਇਸ਼ਤਿਹਾਰ ਵੀ ਆਇਆ ਕਿ ਸਮੈਮ ਸਕੀਮ ਤਹਿਤ, ਸਮੈਮ ਸਕੀਮ ਤਹਿਤ ਜਿਹੜਾ ਸਬ ਮਿਸ਼ਨ ਔਨ ਐਗਰੀਕਲਚਰ ਮੈਕਨਾਈਜੇਸ਼ਨ, ਇਸ ਸਕੀਮ ਤਹਿਤ ਅਰਜ਼ੀਆਂ ਔਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ, ਜਿਹਦੇ ਵਿੱਚ ਕਿ ਹਰੇਕ ਕਿਸਾਨ ਜਿਹੜਾ ਵੀ ਕਿਸਾਨ ਇਸ ਸਕੀਮ ਤਹਿਤ ਮਸ਼ੀਨ ਲੈਣ ਦਾ ਚਾਹਵਾਨ ਆ ਉਹਨੂੰ ਔਨਲਾਈਨ ਜਿਹੜਾ ਪੋਰਟਲ ਡਿਪਾਰਟਮੈਂਟ ਦਾ ਪੋਰਟਲ ਆ ਐਗਰੀ ਮਸ਼ੀਨਰੀ ਪੰਜਾਬ .com 'ਤੇ ਜਾ ਕੇ ਔਨਲਾਈਨ ਜਿਹੜਾ ਅਪਲਾਈ ਕਰਨਾ ਪਊਗਾ। ਉਹਦੇ ਨਾਲ ਇੱਕ ਜਿਹੜੇ ਬਾਰਕੋਡ ਨੂੰ ਵੀ ਆਪਾਂ ਸਕੈਨ ਕਰਕੇ ਵੀ ਉਸ ਜਿਹੜੀ ਐਪਲੀਕੇਸ਼ਨ ਆਪਣੇ ਜਿਹੜੇ ਵਿਨੇ ਪੱਤਰ ਜਿਹੜੇ ਆਪਾਂ ਦੇ ਸਕਦੇ ਹਾਂ। ਸੋ ਇਸ ਜਿਹੜਾ ਬਹੁਤ ਬੜਾ ਸੌਖਾ ਹੈ ਕਿ ਜੇਕਰ ਤੁਸੀਂ ਆਪਣੇ ਮੋਬਾਈਲ 'ਤੇ ਵੀ ਘਰ ਬਹਿ ਕੇ ਵੀ ਕਰ ਸਕਦੇ ਜੇ, ਕਾਮਨ ਸਰਵਿਸ ਸੈਂਟਰ ਵਿੱਚ ਜਾ ਕੇ ਵੀ ਉੱਥੇ ਤੁਸੀਂ ਜਿਹੜਾ ਵਾ ਅਪਲਾਈ ਕਰ ਸਕਦੇ ਜੇ, ਜਿਹੜੇ ਗ੍ਰਾਮੀਣ ਸੇਵਾ ਕੇਂਦਰ ਉੱਥੇ ਵੀ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਜੇ। ਸੋ ਜਿੱਥੇ ਵੀ ਤੁਸੀਂ ਮਤਲਬ ਕਿ ਔਨਲਾਈਨ ਤੁਸੀਂ ਅਪਲਾਈ ਕਰਨਾ ਵਾ, ਚਾਹੇ ਉਹ ਤੁਸੀਂ ਸੁਵਿਧਾ ਸੈਂਟਰ ਆ ਉੱਥੇ ਵੀ ਜਾ ਕੇ ਆਪਾਂ ਕਰ ਸਕਦੇ ਹਾਂ। ਸੋ ਇਸ ਕਰਕੇ ਟਾਈਮ ਸਿਰ ਦੇਖੋ ਕਿ ਇਹਦਾ ਜਿਹੜੀ ਲਾਸਟ ਡੇਟ ਆ ਉਹ 20 ਜੁਲਾਈ 2023 ਹੈ, ਅਤੇ ਉਦੋਂ ਤੱਕ ਆਪਾਂ ਅਪਲਾਈ ਕਰ ਲਈਏ ਅਤੇ ਉਹ ਜਿਹੜਾ ਵਾ ਸਾਰਾ ਸਾਡਾ ਜਿਹੜਾ ਵਾ ਉਹ ਪ੍ਰੋਸੈਸ ਜਿਹੜਾ ਸ਼ੁਰੂ ਹੋ ਜਾਏਗਾ। ਉਹਦੇ ਵਿੱਚ ਆਪਾਂ ਬਾਰਕੋਡ ਵੀ ਇੱਕ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ, ਉਹਨੂੰ ਵੀ ਆਪਾਂ ਸਕੈਨ ਕਰਕੇ ਉਹਨੂੰ ਵੀ ਆਪਾਂ ਜਿਹੜਾ ਉਸ ਤਰ੍ਹਾਂ ਦਾ ਵੀ ਅਪਲਾਈ ਕਰ ਸਕਦੇ ਹਾਂ। ਠੀਕ ਹੈ ਡਾਕਟਰ ਸਾਹਿਬ। ਸੋ ਡਾਕਟਰ ਸਾਹਿਬ, ਇਸ ਸਕੀਮ ਵਿੱਚ ਕਿਸਾਨ ਕਿਹੜੀ ਕਿਹੜੀ ਮਸ਼ੀਨਰੀ ਲੈ ਸਕਦੇ ਹਾਂ? ਕਿਉਂਕਿ ਆਮ ਤੌਰ 'ਤੇ ਹੁਣ ਲੇਬਰ ਦੀ ਕੋਸਟ ਵੀ ਕਾਫੀ ਵੱਧ ਗਈ ਹੈ, ਸੋ ਝੋਨਾ ਲਾਉਣ ਵਾਸਤੇ ਜਾਂ ਹੋਰ ਕਿਸਾਨ ਇਸ ਸਕੀਮ ਵਿੱਚ ਕਿਹੜੀ ਕਿਹੜੀਆਂ ਮਸ਼ੀਨਾਂ ਲੈ ਸਕਦੇ ਨੇ? ਸੋ ਇਹਦੇ ਵਿੱਚ ਕਿਸਾਨ ਵੀਰੋ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜਿਹੜੀ ਜਿਸ ਤਰ੍ਹਾਂ ਅੱਜ ਕੱਲ੍ਹ ਧਰਮਜੀਤ ਦੀ ਗੱਲ ਕੀਤੀ ਹੈ ਕਿ ਸਾਡੇ ਝੋਨਾ ਲਾਉਣ ਦੇ ਵਿੱਚ ਬੜੀ ਜਿਹੜੀ ਆ ਉਹ ਮੁਸ਼ਕਲ ਆ ਰਹੀ ਹੈ ਕਿ ਲੇਬਰ ਕਾਫੀ ਲੱਗ ਜਾਂਦੀ ਹੈ। ਸੋ ਉਸ ਸਮੱਸਿਆ ਨੂੰ ਹੱਲ ਕਰਨ ਲਈ ਦੋ ਤਰ੍ਹਾਂ ਦੀ ਮਸ਼ੀਨਾਂ ਜਿਹੜੀਆਂ ਨੇ ਉਹ ਇਸ ਸਕੀਮ ਤਹਿਤ ਜਿਹੜੀਆਂ ਕਿਸਾਨ ਨੂੰ ਦਿੱਤੀਆਂ ਜਾਣੀਆਂ ਨੇ। ਉਹਦੇ ਵਿੱਚ ਝੋਨਾ ਲਾਉਣ ਵਾਲੀ ਮਸ਼ੀਨ ਆ ਜਿਹੜੀ ਕਿ ਇੱਕ ਉੱਪਰ ਬਹਿ ਕੇ ਚੱਲਣ ਵਾਲੀ ਹੈ ਅਤੇ ਇੱਕ ਪਿੱਛੇ ਚੱਲਣ ਵਾਲੀ ਹੈ, ਪਿੱਛੇ ਲੋਕ ਚੱਲਣ ਵਾਲੀ ਆ। ਸੋ ਇਹ ਦੋਵੇਂ ਮਸ਼ੀਨਾਂ ਜਿਹੜੀਆਂ ਨੇ ਸਬਸਿਡੀ ਤੋਂ ਜਿਹੜੀਆਂ ਨੇ ਦਿੱਤੀਆਂ ਜਾਣੀਆਂ ਨੇ। ਇਸ ਤੋਂ ਇਲਾਵਾ ਜਿਹੜੀ ਤੁਹਾਡੀ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੀ ਡਰੇਲ ਆ ਜੀ ਜੀ, ਉਹ ਵੀ ਆਪਾਂ ਉਹ ਵੀ ਜਿਹੜੀ ਸਕੀਮ ਤਹਿਤ ਦਿੱਤੀ ਜਾਣੀ ਆ। ਠੀਕ ਹੈ ਜੀ। ਸੋ ਇਹ ਦੋ ਸਕੀਮ ਜਿਹੜੀਆਂ ਝੋਨਾ ਲਾਉਣ ਵਾਲੀਆਂ ਜਿਹੜੀਆਂ ਮਸ਼ੀਨਾਂ ਨੇ। ਦੂਜੀ ਆਈ ਦੀ ਹੈ ਕਿ ਟਰੈਕਟਰ ਮੋਟਰ ਜਿਹੜਾ ਵਾ ਉਹ ਬੂਮ ਸਪਰੇਅਰ ਆ, ਕਿਉਂਕਿ ਆਮ ਕਰਕੇ ਦੇਖਿਆ ਗਿਆ ਕਿ ਇਹ ਜਿਹੜੀ ਤੁਹਾਡੀ ਸਪਰੇਅ ਟੈਕਨੀਕ ਆ ਉਹ ਬੜੀ ਫਾਲਟੀ ਆ।
ਜਦੋਂ ਵੀ ਮੰਨ ਲਓ ਕਣਕ ਵਿੱਚ ਸਪਰੇਅ ਕਰਨੀ ਹੈ, ਸਿੱਧੀ ਬਿਜਾਈ ਕਰਨੀ ਹੈ, ਚਾਹੇ ਕਮਾਚ ਕਰਨੀ ਜਾਂ ਕਿਤੇ ਕਿਹੜੀ ਫਸਲ ਵੀ ਕਰਨੀ ਹੈ, ਅਤੇ ਇੱਕ ਤਾਂ ਲੇਬਰ ਦੀ ਘਾਟ ਹੋਣ ਕਾਰਨ ਜਿਹੜਾ ਵਾ ਉਹ ਲੇਬਰ ਵੀ ਜਿਹੜੀ ਆ ਉਹ ਠੇਕੇ 'ਤੇ ਕੰਮ ਕਰਦੀ ਆ ਅਤੇ ਫਟਾਫਟ ਜਿਹੜਾ ਉਹ ਕੰਮ ਕਰਦੀ ਹੈ, ਪਾਣੀ ਵੀ ਘੱਟ ਲਾਉਂਦੀ ਆ, ਅਤੇ ਜਿਹਦੇ ਨਾਲ ਸਾਡੇ ਨਦੀਨ ਵਗੈਰਾ ਕੀੜੇ ਮਕੌੜੇ ਨੂੰ ਰੋਕਥਾਮ ਕਰਨ ਵਾਸਤੇ ਬੜੀ ਇੱਕ ਮੁਸ਼ਕਲ ਆਉਂਦੀ ਆ। ਸੋ ਉਸ ਸਮੱਸਿਆ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਵੱਲੋਂ ਜਿਹੜਾ ਇਸ ਸਕੀਮ ਤਹਿਤ ਜਿਹੜੀ ਆ ਬੂਮ ਸਪਰੇਅ ਜਿਹੜਾ ਵਾ, ਬੂਮ ਸਪਰੇਅ ਜਿਹੜਾ ਮਤਲਬ ਕਿ ਮਗਰ ਉਹਦੇ ਟਰੈਕਟਰ ਚੱਲਦਾ ਵਾ, ਮਗਰ ਉਹਦੇ 20 ਤੋਂ ਲੈ ਕੇ 40 ਤੱਕ ਜਿਹੜੀਆਂ ਨੋਜ਼ਲਾਂ ਲੱਗੀਆਂ ਹੁੰਦੀਆਂ ਨੇ, ਉਹ ਆਪਾਂ ਚੇਂਜ ਕਰ ਲੈਂਦੇ ਹਾਂ ਵੀ ਕਿਹੜੀ ਫਸਲ ਨੂੰ ਕਿਹੜਾ ਕੀੜਾ ਮਕੌੜੇ ਵਾਸਤੇ ਕਰਨੀ ਹੈ, ਜਾਂ ਆਪਾਂ ਖਾਦ ਵਾਸਤੇ ਕਰਨੀ ਆ, ਜਾਂ ਆਪਾਂ ਨਦੀਨ ਨਾਸ਼ਕ ਵਾਸਤੇ ਕਰਨੀ ਆ। ਸੋ ਉਸ ਹਿਸਾਬ ਨਾਲ ਜਿਹੜੀ ਇਹ ਬੂਮ ਸਪਰੇਅ ਵੀ ਦਿੱਤਾ ਜਾ ਰਿਹਾ ਵਾ। ਚੌਥਾ ਹੈਗਾ ਕਿ ਜਿਹੜੀ PTO ਓਪਰੇਟਡ ਵੰਡ ਫਾਰਮਰ ਆ, ਵੰਡ ਫਾਰਮਰ ਦਾ ਮਤਲਬ ਕਿ ਜਿਹੜੀ ਵੱਟਾਂ ਪਾਉਣ ਵਾਲੀ ਜਿਹੜੀ ਆ PTO ਨੂੰ ਚੱਲਦੀ ਆ, ਉਹ ਨਾਰਮਲ 'ਤੇ ਆਪਾਂ ਚੱਲਦੇ ਕਿ ਇੱਕ ਤਵੀਆਂ ਵਾਲਾ ਹੁੰਦਾ ਅਤੇ ਇੱਕ ਦੂਜਾ ਜਿੰਦਰਾ ਹੁੰਦਾ ਵਾ। ਹਾਂਜੀ, ਇਹ ਹੈ ਕਿ ਜਿਹੜਾ ਤੁਹਾਡਾ ਟਰੈਕਟਰ ਜਿਹੜਾ ਵਾ PTO ਨਾਲ ਚੱਲਦਾ ਵਾ, ਅਤੇ ਬੜਾ ਵਧੀਆ ਇੱਕ ਵਧੀ ਸਿੱਧੀ ਸਿੱਧੀ ਜਿਹੜੀ ਵੱਟ ਪਾ ਦਿੰਦਾ ਵਾ, ਲਿਪ ਵੀ ਦਿੰਦਾ ਉਹਨੂੰ। ਠੀਕ ਹੈ, ਇਹ ਨਵੀਂ ਮਸ਼ੀਨਰੀ ਆਈ ਹੈ ਜਿਹੜੀ ਕਿ ਅਜੇ ਕਾਫੀ ਅਜੇ ਬਹੁਤੀ ਕਿਸਾਨਾਂ ਕੋਲ ਨਹੀਂ ਹੈਗੀ, ਪਰ ਇਸ ਸਕੀਮ ਤਹਿਤ ਇਸ ਨੂੰ ਕਰਕੇ ਅਤੇ ਉਤਸ਼ਾਹਿਤ ਕੀਤਾ ਜਾ ਰਿਹਾ ਤਾਂ ਜਿਹੜੇ ਲੇਬਰ ਨੂੰ ਆਮ ਕਰਕੇ ਹੁੰਦਾ ਕਿ ਜਦੋਂ ਆਪਾਂ ਝੋਨਾ ਲਾਉਣਾ ਹੁੰਦਾ ਅਤੇ ਵੱਟਾਂ ਲਿਪਣ 'ਤੇ ਬਹੁਤ ਲੇਬਰ ਲੱਗ ਜਾਂਦੀ ਹੈ, ਅਤੇ ਜੇਕਰ ਆਪਾਂ ਇਸ ਮਸ਼ੀਨ ਦੇ ਨਾਲ ਆਪਾਂ ਵੱਟਾਂ ਚੰਗੀ ਤਰ੍ਹਾਂ ਪਾ ਲਈਏ ਅਤੇ ਮੇਰਾ ਖਿਆਲ ਕਾਫੀ ਲੇਬਰ ਜਿਹੜੀ ਉਹ ਘੱਟ ਜਾਂਦੀ ਹੈ ਅਤੇ ਖੇਤੀ ਲਾਗਤ ਖਰਚੇ ਘੱਟ ਜਾਂਦੇ ਆ। ਫਿਰ ਤੇਲ ਕੱਢਣ ਵਾਲੀ ਮਸ਼ੀਨ ਜਿਹੜੀ ਕੋਲੂ ਆ, ਇਹ ਵੀ ਇਸ ਸਕੀਮ ਤਹਿਤ ਜਿਹੜਾ ਦਿੱਤਾ ਜਾ ਰਿਹਾ। ਤੇਲ ਦਾ ਮਤਲਬ ਕਿ ਤੇਲ ਬੀਜ ਫਸਲਾਂ ਜਿਹੜੀਆਂ ਪੰਜਾਬ ਜਿਹੜੀ ਤੁਹਾਡੀ ਕਿਸਾਨਾਂ ਵੱਲੋਂ ਉਗਾਈ ਜਾਂਦੀਆਂ ਨੇ, ਚਾਹੇ ਉਹ ਸਰੋਂ ਆ, ਚਾਹੇ ਉਹ ਤੇਲ ਆ, ਚਾਹੇ ਉਹ ਅਲਸੀ ਆ, ਕੋਈ ਵੀ ਤੇਲ ਬੀਜ ਫਸਲਾਂ ਬਣੇ। ਸੋ ਉਹਦੇ ਉਹਨੂੰ ਜੇਕਰ ਫਾਰਮਰ ਕਿਸਾਨ ਮੰਡੀ 'ਚ ਵੇਚਦਾ ਵਾ ਤਾਂ ਉਹਨੂੰ ਘੱਟ ਮੁਨਾਫਾ ਹੁੰਦਾ ਵਾ, ਜੇਕਰ ਉਹਦਾ ਤੇਲ ਬਣਾ ਕੇ ਜਿਹੜਾ ਵਾ ਉਹ ਵੇਚਦਾ ਵਾ ਆਪ ਉਹਦੀ ਮੰਡੀਕਰਨ ਕਰਦਾ ਵਾ ਤਾਂ ਉਹਦੀ ਲਗਭਗ ਆਮਦਨ ਜਿਹੜੀ ਦੁੱਗਣੀ ਵੀ ਹੋ ਸਕਦੀ ਹੈ, ਡੇਢ ਦੁੱਗਣੀ ਵੀ ਹੋ ਸਕਦੀ ਆ। ਸੋ ਇਸ ਕਰਕੇ ਜਿਹੜੀ ਹੈ ਇਸ ਸਕੀਮ ਤਹਿਤ ਇੱਕ ਕੋਲੂ ਅਤੇ ਇੱਕ ਜਿਹੜਾ ਵਾ ਤੁਹਾਡੀ ਜਿਹੜੀ ਜਿਹੜੀ ਤੇਲ ਕੱਢਣ ਵਾਲੀ ਮਸ਼ੀਨ ਕੋਈ ਜਿਹੜੀ ਵੀ ਹੈਗੀ ਆ ਉਹ ਆਪਾਂ ਜਿਹੜੀ ਆ ਉਹ ਇਸ ਸਬਸਿਡੀ ਤਹਿਤ ਦਿੱਤੀ ਜਾ ਰਹੀ ਆ। ਦੂਜੇ ਇਹ ਕਿ ਜਿਹੜੀ ਤੁਹਾਡੀ ਐਗਰੋ ਪ੍ਰੋਸੈਸਿੰਗ ਮਿੰਨੀ ਪ੍ਰੋਸੈਸਿੰਗ ਪਲਾਂਟ ਆ, ਜਿਸ ਤਰ੍ਹਾਂ ਅੱਜ ਕਿ ਜਿਹੜਾ ਵਾ ਉਹ ਜਿਹੜੇ ਤੁਹਾਡੇ ਮੂਲ ਅਨਾਜ ਆ ਉਹਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਵਾ, ਜਾਂ ਤੁਹਾਡੇ ਮਸਾਲੇ ਆ ਹਲਦੀ ਆ ਉਹ ਆਪਾਂ ਸਿੱਧੀ ਤੇ ਵੇਚ ਨਹੀਂ ਸਕਦੇ, ਉਹਦੇ ਉਹਦਾ ਪਾਊਡਰ ਬਣਾ ਕੇ ਵੇਚਣਾ ਪਊਗਾ, ਜਾਂ ਕੋਈ ਦਰੀਆ ਆਟਾ ਬਣਾ ਕੇ ਵੇਚਣਾ ਪਊਗਾ, ਸੂਜੀ ਬਣਾ ਕੇ ਵੇਚਣੀ ਪਊਗੀ। ਸੋ ਜੇਕਰ ਇਹੋ ਜਿਹੇ ਵੀ ਕੋਈ ਵੀ ਫਾਰਮਰ ਜਿਹੜਾ ਵਾ ਇਹ ਜਿਹੜੇ ਮਿੰਨੀ ਪ੍ਰੋਸੈਸਿੰਗ ਪਲਾਂਟ ਲਾਉਣਾ ਚਾਹੁੰਦਾ ਵਾ ਤਾਂ ਉਹਦੀ ਵੀ ਜਿਹੜੀ ਸਬਸਿਡੀ ਵੀ ਜਿਹੜੀ ਆ ਉਹ ਇਸ 'ਤੇ ਮਿਲੇਗੀ। ਦੂਜੀ ਆਈ ਦੀ ਇੱਕ ਦੀ ਪਨੀਰੀ ਬੀਜਣ ਵਾਲੀ ਮਸ਼ੀਨ, ਹੁਣ ਜਦੋਂ ਮੰਨ ਲਓ ਆਪਾਂ ਝੋਨੇ ਦੀ ਪਨੀਰੀ ਬੀਜਣੀ ਆ ਉਹਦੇ 'ਤੇ ਵੀ ਜਿਹੜਾ ਵਾ ਉਹ ਲੇਬਰ ਲੱਗਦੀ ਆ, ਲੇਬਰ ਅਤੇ ਉਹ ਜਿਹੜੇ ਜਦੋਂ ਆਪਾਂ ਹੱਥ ਨਾਲ ਬਿਜਾਈ ਕਰਦੇ ਹਾਂ ਤਾਂ ਉਹਦੇ ਵਿੱਚ ਇੱਕ ਤਾਂ ਇਰੈਗੂਲਰ ਬੜੀ ਜਿਹੜੀ ਆ ਉਹਦੀ ਬੀਜ ਜਿਹੜਾ ਵਾ ਪੈਂਦਾ ਵਾ, ਸੋ ਜਾਂ ਹੋਰ ਵੀ ਕੋਈ ਵੀ ਆਪਾਂ ਪਨੀਰ ਤਿਆਰ ਕਰਦੇ ਹਾਂ। ਸੋ ਉਸ ਨੂੰ ਸਮੱਸਿਆ ਨੂੰ ਦੂਰ ਕਰਨ ਲਈ ਇਸ ਸਕੀਮ ਤਹਿਤ ਜਿਹੜਾ ਵਾ ਉਹ ਜਿਹੜੀ ਮਸ਼ੀਨ ਜਿਹੜੀ ਆ ਸੀਡਰ ਆ ਨਰਸੀ ਸੀਡਰ ਜਿਹੜਾ ਵਾ ਉਹ ਇਸ ਚੀਜ਼ ਦਿੱਤਾ ਜਾ ਰਿਹਾ ਵਾ। ਸੋ ਇਸ ਤੋਂ ਇਲਾਵਾ ਉਸ ਲਿਸਟ ਤਹਿਤ ਜਿਹੜੀਆਂ ਔਨਲਾਈਨ ਲਿਸਟ ਉਪਲਬਧ ਆ ਉਹਦੇ 'ਚ ਹੋਰ ਵੀ ਆਪਾਂ ਕਿਸਾਨ ਜਿਹੜਾ ਲੈ ਸਕਦੇ ਹਾਂ। ਠੀਕ ਸੋ ਕਿਸਾਨ ਡਾਕਟਰ ਸਾਹਿਬ ਐਰਕਾਂ ਸਰਕਾਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਇਹਦੇ ਵਿੱਚ, ਵੇਖੋ ਕਿਸਾਨ ਵੀਰੋ ਪ੍ਰੋਸੈਸਿੰਗ ਵਾਲੇ ਯੂਨਿਟ ਵੀ ਸਰਕਾਰ ਨੇ ਐਰਕਾਂ ਮੁਹੱਈਆ ਕਰਵਾ ਦਿੱਤੇ ਆ, ਕਿਸਾਨ ਉਹਨਾਂ 'ਤੇ ਵੀ ਆਪਣੀ ਸਬਸਿਡੀ ਲੈ ਸਕਦਾ, ਕਿਉਂਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਇਸ ਵਾਰੀ ਮੂਲ ਅਨਾਜਾਂ ਨੂੰ ਕਿਸਾਨਾਂ ਨੂੰ ਬੀਜਣ ਵਾਸਤੇ ਪ੍ਰੇਰਿਤ ਕਰ ਰਹੀ ਹੈ, ਕਿਉਂਕਿ ਇਹਨਾਂ ਦਾ ਸਾਡੀ ਮਨੁੱਖੀ ਸਿਹਤ 'ਤੇ ਬਹੁਤ ਵਧੀਆ ਅਸਰ ਹੈਗਾ ਆ। ਸੋ ਇਸ ਕਰਕੇ ਕਿਸਾਨ ਵੀਰ ਸਾਡੇ ਇਹਨਾਂ ਸਾਰੀਆਂ ਇਸ ਸਕੀਮ ਵਿੱਚ ਸਾਰੀਆਂ ਮਸ਼ੀਨਰੀ ਦਾ ਫਾਇਦਾ ਲੈ ਸਕੇ। ਡਾਕਟਰ ਸਾਹਿਬ ਜਦੋਂ ਕਿਸਾਨ ਵੀਰ ਸਾਡੇ ਔਨਲਾਈਨ ਅਪਲਾਈ ਕਰਦੇ ਪੋਰਟਲ 'ਤੇ ਅਤੇ ਆਮ ਤੌਰ 'ਤੇ ਕਈ ਵਾਰ ਕਿਸਾਨਾਂ ਨੂੰ ਪਤਾ ਨਹੀਂ ਲੱਗਦਾ ਵੀ ਕਿਹੜੇ ਕਿਹੜੇ ਡਾਕੂਮੈਂਟਸ ਜ਼ਰੂਰਤ ਹੁੰਦੇ ਆ ਇਸ ਅਪਲਾਈ ਕਰਨ ਵਿੱਚ, ਸੋ ਇਸ ਬਾਰੇ ਤੁਸੀਂ ਆਪਣਾ ਕਿਸਾਨ ਵੀਰਾਂ ਨੂੰ ਸਾਡਿਆਂ ਨੂੰ ਦੱਸੋ ਵੀ ਕਿਹੜੇ ਕਿਹੜੇ ਜ਼ਰੂਰ ਕਾਗਜ਼ਾਤ ਜਿਹੜੇ ਉਹਨਾਂ ਨੂੰ ਜ਼ਰੂਰੀ ਚਾਹੀਦੇ ਅਪਲਾਈ ਕਰ ਸਕਦੇ ਆ। ਸੋ ਡਾਕਟਰ ਰੁਪਿੰਦਰ ਜੀ ਬੜੀ ਜ਼ਰੂਰੀ ਹੈ ਕਿ ਜੇ ਕਿਸਾਨ ਨੂੰ ਜਦੋਂ ਵੀ ਉਹਨੇ ਅਪਲਾਈ ਕਰਨ ਜਾਣਾ ਵਾ ਔਨਲਾਈਨ ਜਾਂ ਉਹਨੇ ਮੋਬਾਈਲ 'ਤੇ ਕਰਨੀ ਤਾਂ ਉਹਦੇ ਕੋਲ ਉਹ ਡਾਕੂਮੈਂਟ ਜਿਹੜੇ ਚਾਹੀਦੇ ਜਿਹੜੇ ਆਪਾਂ ਅਪਲੋਡ ਕਰਨੇ ਆ। ਹਾਂਜੀ ਹਾਂਜੀ, ਠੀਕ ਹੈ, ਉਹਦੇ ਵਿੱਚ ਫਰਜ਼ ਜਿਹੜੀ ਆ ਤੁਹਾਡੀ ਫਰਜ਼ ਆ ਉਹ ਬੜੀ ਜ਼ਰੂਰੀ ਹੈ ਕਿ ਤੁਹਾਡੀ ਉਹ ਹੋਣੀ ਹੋਵੇ ਉਹ ਵੀ ਜਿਹੜੀ 6 ਮਹੀਨੇ ਤੋਂ ਪੁਰਾਣੀ ਨਾ ਹੋਵੇ। ਠੀਕ ਹੈ, ਆਧਾਰ ਕਾਰਡ ਚਾਹੀਦਾ, ਆਧਾਰ ਕਾਰਡ ਦੀ ਫੋਟੋ ਕਾਪੀ ਚਾਹੀਦੀ ਆ, ਇਸ ਤਰ੍ਹਾਂ ਬੈਂਕ ਦੀ ਫੋਟੋ ਕਾਪੀ ਚਾਹੀਦੀ ਆ, ਬੈਂਕ ਦੀ ਫੋਟੋ ਅਕਾਊਂਟ ਉਹ ਚਾਹੀਦਾ ਜਿਹੜਾ ਤੁਹਾਡਾ ਮੰਡੀ ਬੋਰਡ ਦੇ ਨਾਲ ਲਿੰਕ ਆ, ਲਿੰਕ ਆ ਜਾਂ ਮੰਡੀ ਬੋਰਡ ਦਾ ਲਿੰਕ ਆ ਜਿਹਦੇ ਵਿੱਚ ਤੁਹਾਡੀ ਜਿਨਸ ਦੇ ਜਿਹੜੇ ਪੈਸੇ ਉਹਦੇ 'ਚ ਆ ਰਹੇ ਆ ਉਹ ਬੈਂਕ ਚਾਹੀਦੇ ਆ। ਦੂਜੀ ਇੱਕ ਜਾਤੀ ਸਰਟੀਫਿਕੇਟ ਜਿਹੜਾ ਤੁਸੀਂ ਜੇ ਮੰਨ ਲਓ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਜੇ ਉਹਦਾ ਸਰਟੀਫਿਕੇਟ ਜਿਹੜਾ ਅਪਲੋਡ ਹੋਏਗਾ। ਪੰਜਵੇਂ ਨੰਬਰ 'ਤੇ ਹੈਗਾ ਜੇ ਫਾਰਮ ਜਿਹੜੀ ਆਪਾਂ ਮੰਡੀ ਦੇ ਵਿੱਚ ਤੁਸੀਂ ਕਣਕ ਦਾ ਝੋਨਾ ਵੇਚਿਆ ਵਾ ਉਹ ਜੇ ਫਾਰਮ ਜਿਹੜਾ ਮਿਲਿਆ ਵਾ, ਜਾਂ ਤੁਸੀਂ ਗੰਨੇ ਦੀ ਗੱਡਾ ਵੇਚਿਆ ਵਾ ਉਹਦੀ ਜਿਹੜੀ ਪਰਚੀ ਮਿਲੀ ਆ ਤੁਹਾਨੂੰ ਉਹ ਵੀ ਜਿਹੜੀ ਚੱਲ ਜੂਗੀ। ਸੋ ਇਸ ਕਰਕੇ ਇਹ ਜਿਹੜਾ ਵਾ ਜਿਹੜੀ ਉਹ ਸਾਰਾ ਜਿਹੜਾ ਕਾਗਜ਼ ਜਿਹੜੇ ਆ ਉਹ ਜ਼ਰੂਰੀ ਚਾਹੀਦੇ ਆ। ਠੀਕ ਹੈ ਡਾਕਟਰ ਸਾਹਿਬ।
ਸੋ ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਆ ਕੈਟੇਗਰੀ ਦੀ, ਅਤੇ ਕਿਸਾਨ ਵੀਰ ਕਈ ਸਾਡੇ ਜਨਰਲ ਕੈਟਾਗਰੀ 'ਚ ਆਉਂਦੇ, ਕਈ ਐਸ ਸੀ ਕੈਟਾਗਰੀ 'ਚ ਆਪਣੇ ਕਿਸਾਨ ਆਉਂਦੇ ਹਾਂ, ਅਤੇ ਜਦੋਂ ਕਿਸਾਨ ਸਬਸਿਡੀ ਲੈਂਦੇ ਹਨ ਤਾਂ ਕੀ ਇਹਨਾਂ ਦੀ ਸਬਸਿਡੀ ਦੀ ਦਰ ਦਾ ਵੀ ਕੋਈ ਫਰਕ ਪੈਂਦਾ ਹੈ? ਬਿਲਕੁਲ ਬਿਲਕੁਲ, ਇਹਦੇ ਵਿੱਚ ਕੀ ਹੈ ਕਿ ਜਿਹੜੀ ਤੁਹਾਡੀ ਜਨਰਲ ਕੈਟਾਗਰੀ ਆ, ਜਿਹੜੀ ਜਨਰਲ ਕੈਟਾਗਰੀ ਉਹਦੇ 40% ਆ, ਠੀਕ ਹੈ। ਜਿਹੜੀ ਗ੍ਰਾਮ ਪੰਚਾਇਤਾਂ ਨੇ, ਚਾਹੇ ਉਹ ਸਹਿਕਾਰੀ ਸਭਾਵਾਂ ਨੇ, ਚਾਹੇ ਫਾਰਮਰ ਗਰੁੱਪ ਨੇ, ਉਹਨਾਂ ਨੂੰ ਵੀ 40% ਹੀ ਆ, ਠੀਕ। ਜਿਹੜੀ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਫਾਰਮਰ ਨੇ ਜਾਂ ਉਹ ਕਿਸਾਨ ਔਰਤਾਂ ਦੇ ਜਿਹੜੀਆਂ ਨੇ ਅਪਲਾਈ ਕਰਨਾ ਵਾ, ਉਹਨਾਂ ਨੂੰ 50% ਆ, ਕਿਉਂਕਿ ਇਹਦਾ ਜਿਹੜਾ ਅਨੁਸੂਚਿਤ ਜਾਤੀ ਨਾਲ ਵੱਖਰਾ ਇੱਕ ਬਜਟ ਜਿਹੜਾ ਉਹ ਸਰਕਾਰ ਵੱਲੋਂ ਦਿੱਤਾ ਗਿਆ ਵਾ, ਠੀਕ ਹੈ। ਸੋ ਇਹਦੇ ਵਿੱਚ ਵਧੀਆ ਵਾ, ਮਤਲਬ ਕਿ ਜਿਹੜੀ ਆ ਸਬਸਿਡੀ ਜਿਹੜੀ ਆ ਅਨੁਸੂਚਿਤ ਜਾਤੀ ਨਾਲ ਜਿਹੜੀ ਆ 50% ਆ, ਠੀਕ ਹੈ ਡਾਕਟਰ ਸਾਹਿਬ। ਮਤਲਬ ਕਹਿਣ ਤੋਂ ਭਾਵ ਵੀ ਜਨਰਲ ਕੈਟਾਗਰੀ 'ਚ 40% ਸਬਸਿਡੀ ਹੈ, ਅਤੇ ਸਾਡੇ ਐਸ ਸੀ ਕਿਸਾਨ ਜਿਹੜੇ ਆ ਉਹ 50% ਤੱਕ ਸਬਸਿਡੀ ਦਾ ਫਾਇਦਾ ਲੈ ਸਕਦੇ ਹਨ। ਅਤੇ ਡਾਕਟਰ ਸਾਹਿਬ ਇਹਦੇ ਵਿੱਚ ਜਦੋਂ ਕਿਸਾਨ ਅਪਲਾਈ ਕਰਦੇ ਪੋਰਟਲ 'ਤੇ, ਕੀ ਉਹ ਕੁਛ ਟੋਕਨ ਮਨੀ ਵੀ ਉਹਨਾਂ ਨੂੰ ਦੇਣ ਦੀ ਜ਼ਰੂਰਤ ਪੈਂਦੀ ਹੈ? ਜੇ ਪੈਂਦੀ ਹੈ ਤਾਂ ਕੀ ਉਹ ਮੋੜਨ ਯੋਗ ਆ ਜਾਂ ਨਹੀਂ, ਇਹਦੇ ਬਾਰੇ ਸਾਡੇ ਕਿਸਾਨਾਂ ਨੂੰ ਥੋੜ੍ਹਾ ਕੁ ਦੱਸੋ ਜੀ। ਬਿਲਕੁਲ ਬਿਲਕੁਲ, ਸੋ ਇਹਦੇ ਵਿੱਚ ਇੱਕ ਟੋਕਨ ਮਨੀ ਲੈਣ ਦਾ ਸਿਰਫ ਇਹੀ ਮਕਸਦ ਆ ਵੀ ਜਿਹੜੇ ਜ਼ਰੂਰਤਮੰਦ ਆ ਉਹੀ ਅਪਲਾਈ ਕਰਨ। ਹਾਂਜੀ, ਕਿਉਂਕਿ ਕਈ ਵਾਰੀ ਹੁੰਦਾ ਕਿ ਆਪਾਂ ਅਪਲਾਈ ਬਹੁਤ ਸਾਰੀਆਂ ਐਪਲੀਕੇਸ਼ਨ ਚੱਲ ਜਾਂਦੀਆਂ ਨੇ, ਮੁੜ ਕੇ ਉਹਨਾਂ ਨੂੰ ਛਾਟੀ ਕਰਨਾ ਜਿਹੜਾ ਵਾ ਜਾਂ ਉਹਨਾਂ ਨੂੰ ਫਿਰ ਡਰਾ ਸਿਸਟਮ ਕੱਢਣਾ ਪੈਂਦਾ ਵਾ। ਸੋ ਇੱਕ ਬੈਰੀਅਰ ਲਗਾਇਆ ਗਿਆ ਕਿ 5000 ਰੁਪਏ ਇੱਕ ਟੋਕਨ ਮਨੀ ਆ ਜਿਹੜੀ ਕਿ ਔਨਲਾਈਨ ਜਿਹੜੀ ਆ ਪੇਮੈਂਟ ਹੋਣੀ ਆ, ਰਾਈਟ। ਅਤੇ ਜੇ ਉਹ ਤੁਹਾਡੀ ਤੁਹਾਨੂੰ ਉਹ ਜਿਹੜੀ ਸਿਲੈਕਟ ਹੋ ਜਾਂਦੀ ਆ, ਚੋਣ ਕੀਤੀ ਜਾਂਦੀ ਆ, ਜੇ ਮੰਨ ਲਓ ਸਪੋਜ 50 ਤੁਹਾਡਾ ਟਾਰਗੇਟ ਆ, ਉਹ 'ਚ 50-45 ਜਿਹੜੀਆਂ ਐਪਲੀਕੇਸ਼ਨ ਆਈਆਂ, ਇਹਦਾ ਮਤਲਬ ਸਾਰਿਆਂ ਨੂੰ ਮਿਲ ਜੂਗੀ। ਜੇ ਉਹਦੇ 'ਚ 50 ਤੋਂ ਵੱਧ ਕੇ 100 ਐਪਲੀਕੇਸ਼ਨ ਆ ਗਈਆਂ, ਫਿਰ ਡਰਾ ਨਿਕਲੂਗਾ। ਜਿਹੜੀ ਜਿਹਨੂੰ ਨਹੀਂ ਮਿਲਦੀ, ਜਿਹਨੂੰ ਜਿਹੜੀ ਮਸ਼ੀਨ ਨਹੀਂ ਮਿਲਦੀ, ਉਹਨੂੰ ਜਿਹੜੀ ਆ ਉਹਦੇ ਖਾਤੇ ਵਿੱਚ ਜਿਹੜੀ 5000 ਰੁਪਏ ਆਜੂਗਾ। ਜੇ ਜਿਹਨੂੰ ਮਿਲ ਗਈ ਆ, ਮੰਨ ਲਓ ਜਿਹਦੇ ਕੋਈ ਫਾਰਮਰ ਆ ਉਹਨੂੰ ਮਿਲ ਗਈ ਆ, ਉਹਦੀ ਜਿਹੜੀ ਸਬਸਿਡੀ ਦੇ ਨਾਲ ਹੀ 5000 ਜੋੜ ਕੇ ਉਹਦੇ ਖਾਤੇ ਵਿੱਚ ਆਜੂਗਾ, ਠੀਕ ਹੈ। ਇਹ ਮੁੜਨ ਯੋਗ ਆ, ਸੋ ਇਸ ਕਰਕੇ ਪਤਾ ਨਹੀਂ ਵੀ 5000 ਕਿਉਂ ਲੈ ਰਹੇ ਆ, ਇਹ ਮੁੜਨ ਯੋਗ ਹੈ। ਸੋ ਬਹੁਤ ਵਧੀਆ ਗੱਲ ਡਾਕਟਰ ਸਾਹਿਬ, ਕਿਉਂਕਿ ਕਿਸਾਨ ਵੀਰਾਂ ਨੂੰ ਚਾਹੀਦਾ ਹੈ ਵੀ ਇਸ ਸਬਸਿਡੀ ਦਾ ਜ਼ਰੂਰ ਫਾਇਦਾ ਲੈਣ। ਅਤੇ ਡਾਕਟਰ ਸਾਹਿਬ, ਕਿਸਾਨ ਵੀਰ ਸਾਡੇ ਇਸ ਤੋਂ ਬਾਅਦ ਵਧੇਰੇ ਜਾਣਕਾਰੀ ਲਈ ਕਿੱਥੇ ਕਿੱਥੇ ਸੰਪਰਕ ਕਰ ਸਕਦੇ ਹਨ, ਇਹਦੇ ਬਾਰੇ ਦੱਸੋ। ਬਿਲਕੁਲ ਡਾਕਟਰ ਰੁਪਿੰਦਰ ਜੀ, ਇੱਕ ਬੜਾ ਇੱਕ ਜ਼ਰੂਰੀ ਕਾਰਨ ਹੈ ਕਿ ਕੁਛ ਪਿਛਲੇ ਸਮੇਂ ਦੌਰਾਨ CRM ਸਕੀਮ ਤਹਿਤ ਵੀ ਜਿਹੜਾ ਉਹ ਇੱਕ ਇਸ਼ਤਿਹਾਰ ਆਇਆ ਹੈ, ਉਹਦੇ ਵਿੱਚ ਇੱਕ 2 ਜਿਹੜੇ ਨੇ ਇੰਪਲੀਮੈਂਟ ਨੇ, ਇੱਕ ਬੇਲਰ ਅਤੇ ਇੱਕ ਹੈਗਾ ਵਾ ਰੇਕ। ਹਾਂਜੀ, ਆਮ ਵਰਗ ਕਿਸਾਨ ਭੁਲੇਖਾ ਖਾ ਜਾਂਦੇ ਆ ਵੀ ਸਿਰਫ ਮੈਂ ਬੇਲਰ ਲੈਣਾ। ਹਾਂਜੀ ਹਾਂਜੀ, ਉਹਦੇ ਵਿੱਚ ਕਿਸਾਨ ਵੀਰੋ ਬੜੀ ਜ਼ਰੂਰੀ ਹੈ ਕਿ ਆਪਾਂ ਬੇਲਰ ਨੂੰ ਵੀ ਟਿਕ ਕਰਨਾ ਵਾ ਅਤੇ ਰੇਕ ਨੂੰ ਵੀ ਟਿਕ ਕਰਨਾ ਵਾ, ਜੇ ਆਪਾਂ ਇੱਕ ਕਰਾਂਗੇ ਤਾਂ ਉਹ ਟਿਕ ਨਹੀਂ ਹੋਏਗਾ ਉਹ, ਮਤਲਬ। ਸੋ ਉਹ ਬੜਾ ਜ਼ਰੂਰੀ ਹੈ ਕਿ ਆਪਾਂ ਦੋਵਾਂ ਨੂੰ ਟਿਕ ਕਰੀਏ, ਤਾਂ ਜੋ ਤੁਹਾਡੀ ਜਿਹੜੀ ਸਬਸਿਡੀ ਹੈ ਦੋਵਾਂ ਨੂੰ ਜਿਹੜਾ ਵਾ, ਕਿਉਂਕਿ ਯੂਨਿਟ ਇੱਕ, ਉਹ ਯੂਨਿਟ ਇੱਕ ਹੀ ਆ, ਇੱਕ ਯੂਨਿਟ ਮਸ਼ੀਨ ਆ, ਭਾਵੇਂ ਦੌੜੇ। ਹਾਂਜੀ, ਪਰ ਯੂਨਿਟ ਇੱਕ ਆ, ਯੂਨਿਟ ਇੱਕ। ਸੋ ਇਸ ਕਰਕੇ ਉਹਦਾ ਰੇਕ ਦਾ ਅਤੇ ਜਿਹੜਾ ਦੂਜਾ ਕਰ ਸਕਦੇ ਆ। ਸੋ ਫਿਰ ਵੀ ਜੇਕਰ ਤੁਹਾਨੂੰ ਕੋਈ ਜਾਣਕਾਰੀ ਜੇ ਲੈਣੀ ਹੋਵੇ, ਸਾਡੇ ਬਲਾਕ ਖੇਤੀਬਾੜੀ ਅਫਸਰ, ਖੇਤੀਬਾੜੀ ਵਿਕਾਸ ਅਫਸਰ, ਖੇਤੀਬਾੜੀ ਵਿਸਤਾਰ ਅਫਸਰ, ਉਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਜੇ। ਇਸ ਤੋਂ ਇਲਾਵਾ ਜਿਹੜਾ ਤੁਹਾਡਾ ਇੱਕ ਟੋਲ ਫਰੀ ਨੰਬਰ ਹੈ 1800-1851, ਉਸ 'ਤੇ ਵੀ ਆਪਾਂ ਸੰਪਰਕ ਕਰ ਸਕਦੇ ਹਾਂ ਵੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ। ਸੋ ਇਸ ਤਰ੍ਹਾਂ ਜਿਹੜਾ ਵਾ ਜਿਹੜੇ ਤੁਸੀਂ ਜਿਹੜੀ ਸਾਡੀ ਲਾਸਟ ਡੇਟ ਆ, ਬਜਾਏ ਕਿ ਆਪਾਂ ਲਾਸਟ ਡੇਟ ਦੇਖੀਏ ਵੀ ਲਾਸਟ ਡੇਟ ਆਏਗੀ, ਆਪਾਂ ਹੁਣ ਤੋਂ ਜਿਹੜੇ ਜਦੋਂ ਵੀ ਤੁਹਾਨੂੰ ਟਾਈਮ ਲੱਗਦਾ ਵਾ ਉਹ ਆਪਣੀ ਜਿਹੜੀ ਆ ਉਹ ਅਪਲਾਈ ਕਰੋ, ਤਾਂ ਜੋ ਜਿਹੜੀ ਟਾਈਮ ਸਿਰ ਜਿਹੜਾ ਵਾ ਸਾਡਾ ਜਿਹੜਾ ਇਹ ਪ੍ਰੋਸੈਸ ਜਿਹੜਾ ਵਾ ਉਹ ਕੰਪਲੀਟ ਹੋ ਸਕੇ। ਸੋ ਕਿਸਾਨ ਵੀਰੋ, ਤੁਹਾਨੂੰ ਅੱਜ ਡਾਕਟਰ ਅਮਰੀਤ ਸਿੰਘ ਜੀ, ਜੋ ਕਿ ਜ਼ਿਲ੍ਹਾ ਸਿਖਲਾਈ ਅਫਸਰ ਗੁਰਦਾਸਪੁਰ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਹਨ, ਉਹਨਾਂ ਨੇ ਬਹੁਤ ਹੀ ਭਰਪੂਰ ਜਾਣਕਾਰੀ ਤੁਹਾਨੂੰ ਦਿੱਤੀ ਹੈ, ਕਿਉਂਕਿ ਜੋ ਅੱਜ ਦਾ ਯੁੱਗ ਆ ਮਸ਼ੀਨਰੀ ਦਾ ਯੁੱਗ ਮੰਨਿਆ ਜਾਂਦਾ, ਅਤੇ ਸਾਡੇ ਦਿਨ ਬ ਦਿਨ ਮਕੈਨੀਜਾਈਜੇਸ਼ਨ ਹੋਣ ਵਾਸਤੇ, ਖੇਤੀਬਾੜੀ ਦੇ ਖਰਚੇ ਘਟਾਉਣ ਵਾਸਤੇ, ਲੇਬਰ ਦੀ ਜੋ ਕਸ਼ਮਕਸ਼ ਚੱਲ ਰਹੀ ਆ ਉਹਨੂੰ ਘਟਾਉਣ ਵਾਸਤੇ ਖੇਤੀ ਮਸ਼ੀਨਰੀ ਦਾ ਬਹੁਤ ਹੀ ਵੱਡਾ ਯੋਗਦਾਨ ਹੈ, ਅਤੇ ਪੰਜਾਬ ਸਰਕਾਰ ਵੱਲੋਂ ਵੀ ਜੋ ਖੇਤੀ ਮਸ਼ੀਨਰੀ ਨੂੰ ਉਤਸ਼ਾਹਿਤ ਕਰਨ ਵਾਸਤੇ ਇਸ ਸਮੈਨ ਸਕੀਮ ਤਹਿਤ ਜੋ ਅਰਜ਼ੀਆਂ ਦੀ ਮੰਗ ਕੀਤੀ ਹੈ, ਕਿਸਾਨ ਵੀਰੋ ਤੁਸੀਂ ਉਹਨਾਂ ਨੂੰ ਅਪਲਾਈ ਕਰਕੇ 20 ਜੁਲਾਈ ਤੋਂ ਪਹਿਲਾਂ ਅਪਲਾਈ ਕਰਕੇ ਤੁਸੀਂ ਇਸ ਸਕੀਮ ਦਾ ਫਾਇਦਾ ਲੈ ਸਕਦੇ ਹੋ। ਅਤੇ ਡਾਕਟਰ ਸਾਹਿਬ, ਤੁਹਾਡਾ ਫਿਰ ਮੈਂ ਇਸ ਸਾਡੇ ਉੱਤਮ ਖੇਤੀ ਯੂਟਿਊਬ ਚੈਨਲ 'ਤੇ, ਜੋ ਕਿ ਸਮੇਂ ਸਮੇਂ 'ਤੇ ਕਿਸਾਨਾਂ ਨੂੰ ਵਧੀਆ ਅਤੇ ਜਾਣਕਾਰੀ ਦੇਣ ਵਾਸਤੇ ਅਸੀਂ ਹਮੇਸ਼ਾ ਤਤਪਰ ਰਹਿੰਦੇ ਹਾਂ, ਸੋ ਅੱਜ ਦੀ ਇਸ ਜਾਣਕਾਰੀ ਦੇਣ ਵਾਸਤੇ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਧੰਨਵਾਦ ਸਾਰੇ ਕਿਸਾਨ ਵੀਰਾਂ ਦਾ, ਧੰਨਵਾਦ ਧੰਨਵਾਦ ਜੀ।